ग्राम भूज में शामिल लेआउट हो गए चौथा तो फिर उन्हें समर के 160 स्कोर हो गया फिर उनकी पार्टनरशिप लग गई उन्होंने मराठा टीम ने पट्ठा करके आख्या कि ये हूँ विक्ट्री जी मिलनी चाहिए वरना नहीं मैच वो लै गए फिर पता की रहा फिर वसीम अखरोज का पंजवीं गेंद से उन्हें आउट किया छेवीं से लूज नहीं किया बॉल ने जो बह ही वो दो गेंदा जो छे फ्लोट हो ना उत्ते पासा पर लिखा तो फिर जरा ना मराठा छा गया फिर उन्हें हूँ तो फिर आ गए चार मिनटा वो थोड़ी तेज खेलने के बच्चे आउट होंगे आखिरी ओवर स्कोर है गया 36-48 ओवर मराठा ने कराया पाकिस्तान नेमल बदल मिले बासत अली राशिद लतीफ ये जो बंदे ने कढ़े ने ना ये उधर पाकिस्तान का बेड़ा गर्क के ना छक्का मारिया चार्जा मैच जिताया हीरो बन गया इंडिया का मुजाह उल्ला वारसी ने आखिरी गेंद छक्का मार के मैच बराबर कर दिता चंगा वाला जितते हैं ਉਹ ਜਿੰਦੇ ਚ ਮਿਸਬਾ ਨੇ ਸ਼ਾਟ ਮਾਰ ਕੇ ਕੈਚ ਕਰਵਾ ਤੇ ਉਹ ਕੀ ਰੋਲ ਆ ਮਿਸਬਾ ਸੇ ਕਾਲਾ ਪੈ ਗਿਆ ਕਿੰਨਾ ਪਈਆਂ ਸੀ ਮਿਸਬਾ ਨੂੰ ਚਾਹੀਦੇ ਨਹੀਂ ਸੀ ਵੀ ਇਸ ਤਰ੍ਹਾਂ ਨੇ ਫਿਲਡਰ ਲਿਆ ਸੀ ਇਹਨੇ ਐਂ ਮਾਰਿਆ ਇਹਨੇ ਕਰਨਾ ਨਹੀਂ ਚਾਹੀਦਾ ਜੀ ਤੇ ਨਹੀਂ ਕਾਤਾ ਜੀ ਅਸੀਂ ਦੀ ਸ਼ਾਟ ਤੋ ਜਾਂਗਰ ਕਾ ਵਜੇ ਹੀ ਵੀ ਜਿੱਤ ਗਏ ਬੜੀ ਜਾਂਗਰ ਵਜੇ ਹੀ ਉਦੋਂ ਯਾਰ ਪਾਕਿਸਤਾਨੀ ਪਲੇਅਰ ਛਾਏ ਰਹੇ ਨੇ ਇੰਡੀਆ ਦਾ ਸ੍ਰੀ ਕਾਲ ਸੀ ਸ੍ਰੀ ਕਾਂਤ ਆਪਣਾ ਰਾਣਾ ਸੀ ਜਦੋਂ ਪਹਿਲਾ ਬਾਉਂਸ ਵਸੀਮ ਅਖਰੋ ਨੇ ਮਾਰਿਆ ਇੱਥੇ 14 ਡਾਂਗੇ ਲੱਗੇ ਨੇ ਉਸ ਤੋਂ ਬਾਅਦ ਉਹ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਮੈਚ ਖੇਲਿਆ ਅਤੇ ਵਸੀਮ ਅਖਰੋ ਨੇ ਉਹਨੂੰ ਆਊਟ ਕੀਤਾ ਭਾਵੇਂ ਬੋਲਡ ਕੀਤਾ ਅਤੇ ਭਾਵੇਂ ਕੈਚ ਆਊਟ ਕੀਤਾ ਹਾਂਜੀ ਗੱਲ ਇਹ ਕਿ ਸਾਡੇ ਮੁਲਕ ਦੇ ਵਿੱਚ ਰਾਣ ਹੋ ਰਹੀ ਹੈ ਸਿਫਾਰਿਸ਼ ਅਤੇ ਰਿਸ਼ਵਤ ਅੱਗੇ ਦੋ ਕੰਮ ਕਰਦੇ ਹੈਗੇ ਨੇ ਸਾਡੇ ਮੁਲਕ 'ਚ ਅਜ਼ਾਨ ਹੁੰਦੀ ਪਈ ਲਓ ਜੀ ਨਾਜ਼ਰੀਨ ਇਜਾਜ਼ਤ ਦਿਓ ਮੋਸਨ ਵਾਲੀ ਪੱਟੀ ਨੂੰ ਤੁਹਾਨੂੰ ਪੁਰਾਣੇ ਬੰਦਿਆਂ ਦੀ ਅੱਜ ਲੋਕੇਸ਼ਨ ਵਹਾਈ ਕਿ 1992 ਦੇ ਵੀ ਇੱਥੇ ਖਿਡਾਰੀ ਬੈਠੇ ਤਾਂ ਸਾਰੀਆਂ ਗੱਲਾਂ ਦੱਸੀਆਂ ਸਾਡਾ ਚੈਨਲ ਲਾਈਕ ਕਮੈਂਟ ਸ਼ੇਅਰ ਕਰੋ ਅਤੇ ਫਰੋਮ ਮੋਸਨ ਵਾਲੀ ਪੱਟੀ ਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼